عوض باللہ من الشیطان الرجیم بسم اللہ الرحمن الرحیم الصلاة والسلام علیکہ یا سیدی یا رسول اللہ وعلالکہ و صحابکہ یا سیدی یا حبیب اللہ قبل صد ترام معزز حمین آئی دے اللہ پیتی روحانی لائی دے سر سے دی نشست بیچے کھون دی کمی اور جسمانی دردان دا دیسی ہلائی دسنے ہیں ਸਫੈਦ ਤਿਲਾਂ ਦਾ ਮਾਜੂਨ ਬਣਾਓ ਇਸ ਉਹਦਾ ਬਣਾਉਣ ਦਾ ਤਰੀਕਾ ਮੈਂ ਦੱਸਣਾ ਕਿ ਸਫੈਦ ਤਿਲਾਂ ਦਾ ਮਾਜੂਨ ਜਿਹੜਾ ਹੈ ਇਹ ਖੂਨ ਦੇ ਅੰਦਰ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਹੱਡੀਆਂ ਜੋੜਾਂ ਗੁੱਟਣਿਆਂ ਹੱਥ ਪੈਰ ਕਮਰ ਦੇ ਦਰਦਾਂ ਨੂੰ ਫਾਇਦਾ ਦਿੰਦਾ ਹੈ ਹੱਡੀਆਂ ਦੀ ਕਮਜ਼ੋਰੀ ਗੈਂਠੀਆ ਕੈਂਸਰ ਤੱਕ ਬਲੱਡ ਪ੍ਰੈਸ਼ਰ ਦੰਦਾਂ ਦੀਆਂ ਬਿਮਾਰੀਆਂ ਨੂੰ ਫਾਇਦਾ ਦਿੰਦਾ ੧ ਗਿਰਦੇ ਵਾਲਾਂ ਨੂੰ ਦਿਲ ਦੇ ਅਮراض ਨੂੰ ਮੂੰਹ ਦੀਆਂ ਬਿਮਾਰੀਆਂ ਨੂੰ ਹੱਥ ਪੈਰ ਬੁੱਲਾਂ ਦਾ ਫਟਣਾ ਜਿਹੜਾ ਮਸਲ ਨੂੰ ਬ੍ਰਾਊਨ ਵਿੱਚ ਜਿਲਦੀ ਅਮراض ਇਹਨਾਂ ਬਿਮਾਰੀਆਂ ਨੂੰ ਵਾਸਤੇ ਬਿਹਤਰੀਨ ਇਲਾਜ ਹੈ ਸਫੈਦ ਤਿਲਾਂ ਦਾ ਮਾਜੂਜ ਹਣ ਤਿਲ ਜਿਹੜੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿੰਨੇ ਫਾਸਦ ماده ਇਨਸਾਨੀ ਜਿਸਮ ਦੇ ਅੰਦਰ ਹੈ ਉਹਨਾਂ ਨੂੰ ਕੱਢਦਾ ਹੈ ਨਖੂਨ ਬਾਲਾਂ ਔਰ ਸਿਰ ਨੂੰ ਸਿਰ ਦੀ ਜਿਲਦ ਨੂੰ ਸਿਹਤਮੰਦ ਰੱਖਦਾ ਹੈ ਤਿਲਾਂ ਦਾ ਰੋਗ ਜਿਹੜਾ ਇਹ غذائیت ਨਾਲ ਭਰਪੂਰ غذਾਇਤ ਤੇਲ ਔਰ ਇਹਦਾ ਇਹਨਾਂ ਦਾ ਰੋਗਨ ਜਿਹੜਾ ਉਹ غذਾਇਤੋਂ ਭਰਪੂਰ غذਾਇਤ ਹੈ ਇਹਦੀ غذਾਇਤ گوشਤ ਦੇ ਬਰਾਬਰ ਹੈ ਇਹਦੀ ਤਾਸੀਰ ਗਰਮ ਹੈ ਔਰ ਇਹ ਸੇ ਦਾ ਖਜ਼ਾਨਾ ਹੈ ਤਿਲਾ ਦੇ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਕੁਦਰਤੀ ਰੋਗਨ ਫਾਸਫੋਰਸ ਫੋਲੇਟ ਔਰ ਪ੍ਰੋਟੀਨ ਹੈ ਵਿਟਾਮਿਨ ਬੀ ਮਿਨਰਲਸ ਥਿਆਮਿਨ ਮੀ ਮੈਗਨੀਸ਼ੀਅਮ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਜ਼ਿੰਕ ਫਾਈਬਰ ਕਾਪਰ ਆਦਿਗਰ ਕਈ ਤਰ੍ਹਾਂ ਦੇ ਅਜਜ਼ਾ ਜਿਹੜੇ ਪਾਏ ਜਾਂਦੇ ਨੇ ਤੇਲਾਂ ਦਾ ਮਾਜੂਨ ਬੱਚਿਆਂ ਦੀ ਨਸ਼ਮ ਰਮਾ ਵਾਸਤੇ ਬਹੁਤ ਫਾਇਦੇਮੰਦ ਦਾ ਸ਼ੂਗਰ ਦੇ ਮਰੀਜ਼ਾਂ ਨੂੰ ਸਿਰਫ ਤੇਲਾਂ ਦਾ ਤੇਲਾਂ ਦਾ ਸਫੂਫ ਦੁੱਧ ਨਾਲ ਇਸਤੇਮਾਲ ਕਰਨਾ ਚਾਹੀਦਾ ਤੇ ਤੇਲਾਂ ਦੇ ਸਫੈਦ ਤੇਲਾਂ ਦਾ ਮਾਜੂਨ ਬਣਾਉਣ ਦਾ ਤਰੀਕਾ ਇਹ ਆ ਕਿਕ ਉਪੋ ਸਫੈਦ ਤਿਲਾਂ ਨੂੰ ਹਲਕੀ ਆਂਜ ਦੇ ਉੱਤੇ ਹਲਕਾ ਜਿਹਾ ਭੁੰਨ ਲਓ ਫਿਰ ਗ੍ਰाइंड ਕਰਕੇ ਸਫੂ ਬਣਾ ਲਓ ਇਹਦੇ ਵਿੱਚ ਬਾਦਾਮ, ਅੰजीर, ਖਜੂਰ, ਕਿਸ਼ਮਿਸ਼ ਇੱਕ ਇੱਕ ਛਰਾੜ ਮਿਲਾ ਲਓ ਗ੍ਰाइंड ਕਰਕੇ ਔਰ ਫਿਰ ਮਿਕਸ ਕਰ ਲਓ ਇਹਦੇ ਵਿੱਚ ਹਜ਼ਮੇ ਜ਼ਰੂਰ ਤੋਂ ਸ਼ਹਿਤ ਤਾਂਕ ਉਹਦਾ ਮਾਜੂਨ ਬਣਾ ਲਓ ਔਰ ਤਿਲਾਂ ਦਾ ਇਹ ਮਾਜੂਨ ਸਵੇਰ ਦੁਪਹਿਰ ਸ਼ਾਮ ਇੱਕ ਇੱਕ ਚਮਚੇ ਦੁੱਧ ਦੇ ਨਾਲ ਇੱਕ ਮਹੀਨੇ ਤੱਕ ਲਵੋ اور بچے ان ودی ادی چمچ دیو صبح دوپہر شام تو دھو دیو انشاءاللہ خون دی کمی پوری ہو جائے گی جسمانی دردان واللہ اللہ سونا شفات آ فرماؤں اللہ اکبر کبیرہ